ਵੀ ਆਹ ਬੈਟਰੀ ਆਪਾਂ ਲਈ ਸੀ 48 ਮਹੀਨੇ ਵਾਲੀ 12,000 ਦੀ, ਠੀਕ ਹੈ ਜੀ। ਜੇ ਤਾਂ ਵਾਰੰਟੀ ਵੱਟੀ ਗਈ ਤੇ ਚਲੋ 12 ਦੀ 12 ਆਪਣੇ ਕੋਲ ਵਾਪਸ ਆ ਗਈ। ਜੇ ਉਹ ਕਹਿੰਦੇ ਆ ਵੀ ਪ੍ਰੋ ਰਾਟਾ ਦੇ ਹਿਸਾਬ ਨਾਲ ਕੱਟਾਂਗੇ, ਤੁਸੀਂ ਜੀ ਪਾਣੀ ਨਹੀਂ ਪਾਇਆ ਤਾਂ ਓਵਰ ਚਾਰਜ ਹੋ ਗਈ, ਫਿਰ ਕਹਿੰਦੇ ਅਸੀਂ ਕੀ ਕਰਾਂਗੇ ਤੁਹਾਨੂੰ ਇਹ ਕੱਟਾਂਗੇ 3,000 ਰੁਪਏ ਦੀ ਅਤੇ ਬਾਕੀ ਤੁਹਾਡੇ ਲੱਗਣਗੇ ਪੈਸੇ, ਯਾਨੀ ਕਿ ਤੁਹਾਡਾ 9,000 ਰੁਪਇਆ ਨਾਲ ਲੱਗੂਗਾ। ਹੁਣ ਇੱਥੇ ਸ਼ਰੇਆਮ ਮਤਲਬ ਕਿ ਕੰਪਨੀ ਆਪਾਂ ਨੂੰ ਬੁੱਧੂ ਬਣਾ ਰਹੀ ਆ। ਸਤਿ ਸ਼੍ਰੀ ਅਕਾਲ ਜੀ, ਅੱਜ ਦੀ ਵੀਡੀਓ ਨਾ ਜੀ ਬਹੁਤ ਹੀ ਜ਼ਿਆਦਾ ਜਾਣਕਾਰੀ ਵਾਲੀ ਆ, ਕਿਉਂਕਿ ਅੱਜ ਆਪਾਂ ਜੋ ਗੱਲ ਕਰਨ ਲੱਗੇ ਆ ਬੈਟਰੀ ਦੀ ਗਰੰਟੀ ਅਤੇ ਵਾਰੰਟੀ। ਪਾਵਰ ਕੱਟ ਜਿਵੇਂ ਹੁਣ ਲੱਗ ਰਹੇ ਆ ਅਤੇ ਜਦੋਂ ਆਪਾਂ ਨਵੀਂ ਬੈਟਰੀ ਲੈਣ ਜਾਂਦੇ ਹਾਂ ਅਤੇ ਦੁਕਾਨਦਾਰ ਆਪਾਂ ਨੂੰ ਦੱਸਦਾ ਜੀ ਇਹਦੀ ਜੋ ਵਾਰੰਟੀ ਹੈ 24 ਮਹੀਨੇ ਦੀ ਆ, ਇਹਦੀ 36 ਦੀ, 48, 60, 72। ਅਸਲ ਦੇ ਵਿੱਚ ਗਰੰਟੀ ਅਤੇ ਵਾਰੰਟੀ ਦਾ ਕਾਫੀ ਫਰਕ ਹੁੰਦਾ। ਮੈਨੂੰ ਨਾ ਇੱਕ ਵੀਰ ਨੇ ਯੂਟਿਊਬ 'ਤੇ ਕਮੈਂਟ ਕੀਤਾ ਸੀ, ਮੈਂ ਕਮੈਂਟ ਇੱਥੇ ਲਗਾ ਰਿਹਾ। ਉਹ ਹਰਮੀਤ ਸਿੰਘ ਲਿਖ ਰਹੇ ਆ, ਸੇਵਕ ਵੀਰ ਵਾਰੰਟੀ ਅਤੇ ਗਰੰਟੀ ਦਾ ਫੰਡਾ ਵੀ ਕਲੀਅਰ ਕਰ, ਦੁਕਾਨ ਵਾਲੇ ਮੁੱਕਰ ਜਾਂਦੇ ਆ, ਕਹਿ ਦਿੰਦੇ ਤਾਂ ਵਾਰੰਟੀ ਜਾਂ ਇਹਦੀ ਸਿਰਫ ਰਿਪੇਅਰ ਹੀ ਕਰਾਂਗੇ, ਗਰੰਟੀ ਦੇ ਵਿੱਚ ਵਾਪਸ ਹੁੰਦੀ ਆ। ਇਸ ਟੌਪਿਕ 'ਤੇ ਸਰਚ ਕਰਕੇ ਜ਼ਰੂਰ ਵੀਡੀਓ ਲਿਆਓ। ਪਹਿਲਾਂ ਵੀ ਆਪ ਨੂੰ ਬੇਨਤੀ ਕੀਤੀ ਸੀ, ਕੋਈ ਰਿਪਲਾਈ ਨਹੀਂ ਆਇਆ। ਅਸੀਂ ਤੁਹਾਡੀ ਹਰ ਵੀਡੀਓ ਦੇਖੀ ਦੀ ਆ। ਬਹੁਤ ਬਹੁਤ ਧੰਨਵਾਦ ਜੀ ਹਰਮੀਤ ਸਿੰਘ ਜੀ, ਕਿਉਂਕਿ ਕੁਛ ਸਮਾਂ ਲੱਗ ਜਾਂਦਾ ਕਈ ਵਾਰੀ ਵੀਡੀਓ ਨੂੰ ਬਣਾਉਣ ਦਾ। ਆਪਾਂ ਹੁਣ ਤੁਹਾਡੀ ਫਰਮਾਇਸ਼ 'ਤੇ ਵੀਡੀਓ ਬਣਾ ਰਹੇ ਹਾਂ, ਕਿਉਂਕਿ ਹਰ ਇੱਕ ਦੇ ਕੰਮ ਦੀ ਵੀਡੀਓ ਆ ਜੀ। ਬਹੁਤ ਘੱਟ ਇਹੋ ਜਿਹੇ ਦੁਕਾਨਦਾਰ ਹੋਣਗੇ ਜੋ ਇਸ ਗੱਲ ਦਾ ਉਹਲਾ ਰੱਖਣਗੇ ਕਿ ਬਈ ਇਹਦੀ ਵਾਰੰਟੀ ਇੰਨੀ ਹੈ ਅਤੇ ਗਰੰਟੀ ਇੰਨੀ ਹੈ ਵੀ। ਪਰ ਮੈਂ ਜਿੱਥੋਂ ਤੱਕ ਦੇਖਿਆ ਕਿ ਜ਼ਿਆਦਾ ਦੁਕਾਨਦਾਰ ਇਹਦੇ ਵਿੱਚ ਤੁਹਾਨੂੰ ਗੱਲ ਕਲੀਅਰ ਦੱਸ ਦਿੰਦੇ ਵੀ ਇਹਦੀ ਬਈ ਇੰਨੀ ਗਰੰਟੀ ਆ ਅਤੇ ਇੰਨੀ ਵਾਰੰਟੀ ਆ। ਅੱਜ ਆਪਾਂ ਇਹਦੇ ਬਾਰੇ ਜਾਣਾਂਗੇ। ਆਪਣਾ ਵਿਸ਼ਾ ਵੀ ਬੈਟਰੀ ਦੀ ਗਰੰਟੀ ਅਤੇ ਵਾਰੰਟੀ, ਚਾਹੇ ਉਹ ਇਨਵਰਟਰ ਦੀ ਹੋਵੇ, ਕਾਰ ਦੀ ਹੋਵੇ, ਟਰੈਕਟਰ ਦੀ ਹੋਵੇ, ਟਰੱਕ ਦੀ ਹੋਵੇ, ਮੋਟਰਸਾਈਕਲ ਦੀ ਹੋਵੇ, ਕਿਸੇ ਵੀ ਕਿਸਮ ਦੀ ਬੈਟਰੀ ਹੋਵੇ ਜੀ। ਇਹਦੇ ਡੱਬੇ ਦੇ ਉੱਤੇ ਤੁਸੀਂ ਦੇਖਦੇ ਹੋਵੋਗੇ ਕਿ ਲਿਖਿਆ ਹੁੰਦਾ ਕਿ ਜਿਵੇਂ 24 ਮਹੀਨੇ ਹੋ ਗਏ ਕਿਸੇ ਦੇ, 36 ਮਹੀਨੇ ਹੋ ਗਏ, 48 ਹੋ ਗਏ, 60 ਹੋ ਗਏ, 72 ਹੋ ਗਏ। ਉਹਦੇ ਉੱਪਰ ਇੱਕ ਸਟਾਰ ਬਣਿਆ ਹੁੰਦਾ ਜੀ, ਤੁਸੀਂ ਵੀਡੀਓ 'ਚ ਵੀ ਵੇਖ ਰਹੇ ਹੋ। 48 ਮਹੀਨੇ ਵਾਰੰਟੀ ਨਾਲ ਸਟਾਰ ਥੱਲੇ ਲਿਖਿਆ ਹੁੰਦਾ ਜੀ, ਟਰਮ ਐਂਡ ਕੰਡੀਸ਼ਨ। ਇਹ ਹੀ ਪੰਗਾ ਸਭ ਤੋਂ ਜ਼ਿਆਦਾ ਪਾਉਂਦੀ ਹੈ ਜੀ। ਹੁਣ ਇਹ ਟਰਮ ਐਂਡ ਕੰਡੀਸ਼ਨ ਕੀ ਆ ਆਪਾਂ ਤੁਹਾਨੂੰ ਇਸ ਵੀਡੀਓ 'ਚ ਦੱਸਦੇ ਹਾਂ। ਜਦੋਂ ਤੁਸੀਂ ਵੀ ਨਵੀਂ ਬੈਟਰੀ ਲੈਣ ਗਏ, ਸਭ ਤੋਂ ਪਹਿਲਾਂ ਦੁਕਾਨਦਾਰ ਨੂੰ ਇਹ ਪੁੱਛੋ, ਜੇਕਰ ਤੁਹਾਨੂੰ ਦੁਕਾਨਦਾਰ ਕੋਈ ਕਹਿੰਦਾ ਵੀ ਇਹਦੀ ਗਰੰਟੀ ਆ ਜੀ 48 ਮਹੀਨੇ, ਠੀਕ ਆ ਜੀ, ਯਾਨੀ ਕਿ 4 ਸਾਲ, ਇਹਨੂੰ ਉਹ ਤੁਹਾਨੂੰ ਦੱਸੂਗਾ ਇਹਦੀ ਵਾਰੰਟੀ ਇੰਨੀ ਆ। ਤੁਸੀਂ ਉਹਨੂੰ ਸਿੱਧਾ ਪੁੱਛੋ, ਬਾਈ ਜੀ ਸਾਨੂੰ ਵਾਰੰਟੀ ਨਾਲ ਕੋਈ ਲੈਣਾ ਦੇਣਾ ਨਹੀਂ, ਸਾਨੂੰ ਇਹ ਦੱਸੋ ਵੀ ਇਹਦੀ ਗਰੰਟੀ ਕਿੰਨੀ ਆ। ਫਿਰ ਤੁਹਾਨੂੰ ਦੱਸੂਗਾ ਵੀ ਇਹਦੀ ਗਰੰਟੀ ਆ ਜੀ 24 ਮਹੀਨੇ। ਹੁਣ ਮੇਰੇ ਖਿਆਲ ਦੇ ਨਾਲ ਤਾਂ ਬੱਚੇ ਨੂੰ ਪਤਾ ਹੁੰਦਾ ਕਿ ਗਰੰਟੀ ਅਤੇ ਵਾਰੰਟੀ ਦਾ ਕੀ ਅੰਤਰ ਆ, ਫਿਰ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਗਰੰਟੀ ਉਹ ਹੁੰਦੀ ਹੈ ਜਿਹਦੇ 'ਚ ਆਪਣੀ ਚੀਜ਼ ਵਾਪਸ ਹੋ ਜਾਵੇ, ਯਾਨੀ ਕਿ ਆਪਣੀ ਬੈਟਰੀ ਖਰਾਬ ਹੋ ਗਈ, ਉਹਦੇ ਵਿੱਚ ਕੋਈ ਫਾਲਟ ਆਇਆ ਅਤੇ ਕੰਪਨੀ ਨੇ ਉਹ ਰੱਖੀ ਅਤੇ ਉਹਦੀ ਜਗ੍ਹਾ ਆਪਾਂ ਨੂੰ ਨਵੀਂ ਦੇ ਦਿੱਤੀ, ਉਹ ਹੁੰਦੀ ਹੈ ਜੀ ਗਰੰਟੀ। ਉਸ ਤੋਂ ਬਾਅਦ ਆ ਗਈ ਜੀ ਵਾਰੰਟੀ। ਵਾਰੰਟੀ ਦੇ ਵਿੱਚ ਹੁੰਦੀ ਹੈ ਚੀਜ਼ ਰਿਪੇਅਰ। ਮੰਨ ਕੇ ਚੱਲੋ ਵੀ ਆਪਣੇ ਕੋਲ 48 ਮਹੀਨਿਆਂ ਵਾਲੀ ਬੈਟਰੀ ਆ ਅਤੇ ਉਹ ਪਹਿਲੇ 24 ਮਹੀਨਿਆਂ 'ਚ ਪ੍ਰੋਬਲਮ ਆ ਗਈ, ਕੰਪਨੀ ਆਪਾਂ ਨੂੰ ਨਵੀਂ ਦੇ ਦੂਗੀ। ਹੁਣ ਉਸ ਤੋਂ ਅਗਲਾ ਹੈਗਾ ਜੀ, ਜੇ ਅਗਲੇ 24 ਮਹੀਨਿਆਂ 'ਚ ਪ੍ਰੋਬਲਮ ਆਈ ਫਿਰ ਕੰਪਨੀ ਕੀ ਕਹਿੰਦੀ ਆ, ਫਿਰ ਉਹ ਕਹਿੰਦੇ ਆ ਜੀ ਅਸੀਂ ਨਾ ਪ੍ਰੋ ਰਾਟਾ ਦੇ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਚੇਂਜ ਕਰਕੇ ਦੇਵਾਂਗੇ। ਇਹ ਅਸਲ ਦੇ ਵਿੱਚ ਤੁਹਾਨੂੰ ਇੱਕ ਉਲਝਣ ਦੇ ਵਿੱਚ ਕੰਪਨੀ ਪਾਉਂਦੀ ਹੈ, ਹੋਰ ਕੁਛ ਨਹੀਂ ਹੈਗਾ। ਉਹ ਕਰਦੀ ਕੀ ਆ, ਦੇਖੋ ਜੀ ਤੁਸੀਂ ਇੰਨੀ ਚਲਾਤੀ, ਐਂ ਚਲਾਤੀ, ਸੁੱਕੀ ਚਲਾਤੀ, ਇਹਨੂੰ ਓਵਰ ਚਾਰਜ ਕਰ ਦਿੱਤਾ, ਓਵਰਲੋਡ ਪਾ ਦਿੱਤਾ ਇਹਨੂੰ, ਹੈ ਨਾ। ਇਹਦੇ ਵਿੱਚ ਜੀ ਤੁਹਾਡੀ ਬੈਟਰੀ ਅਸੀਂ ਰੱਖਾਂਗੇ, ਮੰਨ ਕੇ ਚੱਲੋ ਵੀ ਆਹ ਬੈਟਰੀ ਆਪਾਂ ਲਈ ਸੀ 48 ਮਹੀਨੇ ਵਾਲੀ 12,000 ਦੀ, ਠੀਕ ਹੈ ਜੀ। ਜੇ ਤਾਂ ਵਾਰੰਟੀ ਵੱਟੀ ਗਈ ਤਾਂ ਚਲੋ 12 ਦੀ 12 ਆਪਣੇ ਕੋਲ ਵਾਪਸ ਆ ਗਈ। ਜੇ ਉਹ ਕਹਿੰਦੇ ਆ ਵੀ ਪ੍ਰੋ ਰਾਟਾ ਦੇ ਹਿਸਾਬ ਨਾਲ ਕੱਟਾਂਗੇ, ਤੁਸੀਂ ਜੀ ਪਾਣੀ ਨਹੀਂ ਪਾਇਆ, ਇਹ ਗਿਆ ਮਤਲਬ ਕਿ ਕਹਿ ਤਾ ਓਵਰ ਚਾਰਜ ਹੋ ਗਈ, ਫਿਰ ਕਹਿੰਦੇ ਅਸੀਂ ਕੀ ਕਰਾਂਗੇ ਤੁਹਾਨੂੰ ਇਹ ਕੱਟਾਂਗੇ 3,000 ਰੁਪਏ ਦੀ ਅਤੇ ਬਾਕੀ ਤੁਹਾਡੇ ਲੱਗਣਗੇ ਪੈਸੇ, ਯਾਨੀ ਕਿ ਤੁਹਾਡਾ 9,000 ਰੁਪਇਆ ਨਾਲ ਲੱਗੂਗਾ। ਹੁਣ ਇੱਥੇ ਸ਼ਰੇਆਮ ਮਤਲਬ ਕਿ ਕੰਪਨੀ ਆਪਾਂ ਨੂੰ ਬੁੱਧੂ ਬਣਾ ਰਹੀ ਆ। ਦੇਖੋ ਉਹ ਸਕਰੈਪ ਦੇ ਭਾਅ 'ਚ ਹੀ ਰੱਖ ਰਹੀ ਆ ਕੰਪਨੀ ਆਪਣੇ ਤੋਂ ਬੈਟਰੀ। ਜੇ ਇਹੀ ਬੈਟਰੀ ਆਪਾਂ ਬਾਹਰ ਵੇਚਾਂਗੇ, ਹੋ ਸਕਦਾ ਤੁਹਾਡੀ ਇਹ 4,000 ਦੀ ਵੀ ਵਿਕ ਜਾਵੇ, ਕਿਉਂਕਿ ਵਜਨ ਨਾਲ ਵਿਕਣੀ ਹੁੰਦੀ ਆ। ਇਸ ਲਈ ਜਦੋਂ ਵੀ ਤੁਸੀਂ ਨਵੀਂ ਬੈਟਰੀ ਲੈਣੀ, ਕੋਈ ਵੀ
किसी भी चीज़ पर रखने को उन्होंने कह बई जी सीधा सीधा दसो भी इसकी गरंटी कितनी है। ये सब तो मेन गल है जी, लिखते भी पता किवें आ 24 महीने 48 मतलब कि इहनू ये नहीं लिखना भी 2 साल चाहे 4 साल क्योंकि निक्के आ ना ये वड्डा लगता 48 महीने वड्डे सारे लगते फ्लावट होंदी आ ये कंपनियां दे निक्के निक्के ट्रक होंदे आ। बाकी दूजी गल आ भी आपां किसी कंपनी का इत्थे सलौत नहीं कर रहे किसी की निंदा नहीं कर रहे सिर्फ आपां एक तुहाडी जानकारी लई इह वीडियो बना रहे हैं। एक चीज़ मैं ये होर दस देवां कि कई बार कंपनियां अपनी ब्रांड की प्रमोशन के लिए मेरे को आउंदियां उहदे विच फिर की होगा उहदे विच मैं फिर ये गल्लां नहीं दस सकता क्योंकि आपां उहनां नाल गलबात जो भी की हुंदी है ना जिस भी हिसाब के नाल फिर आपां उह चीज़ ये नहीं गल क्लीयर कर सकते इसलिए मैं स्पैशल ये वीडियो बना के तुहाडे नाल सांझी कर रहा। जदों भी तुसीं नवीं बैटरी खरीदन लगे तो सीधा सीधा दुकानदार नूं पुछो भी इहदी गरंटी कितनी आ, असीं वारंटी तो कुछ नहीं लैणा तो फिर मतलब कि अपना कदें भी दुकानदार दे नाल भी रौला नहीं पऊगा तो आपां नूं भी क्लीयर होगा भी इन्ने साल अपनी यह गरंटी हैगी आ। तो वारंटी दे विच तां जिवें मैं दस ही चुक्या कि स्क्रैप दे वांगू ही इन्हां ने रखनी है जी। चलो ठीक है जी, अगली वीडियो 'च आपां फिर मिलते हैं। वीडियो वेखण दे लई बहुत बहुत धन्नवाद जी।